ਦੋਸਤੋ ਪੰਜਾਬ ਸਰਕਾਰ ਦੇ ਖਿਲਾਫ ਜਿਹੜੇ ਪੰਚਾਇਤ ਸੱਤਰ ਜਾਂ ਪੰਚਾਇਤ ਮੈਂਬਰ ਨੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਅਫਸਰ ਨੇ ਉਹਨਾਂ ਨੂੰ ਭਰੋਸਾ ਨਹੀਂ ਰਿਹਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਤੇ ਨਾ ਕਿਤੇ ਸਾਡੇ ਨਾਲ ਵਾਅਦਾ ਖਿਲਾਫੀ ਕਰ ਰਹੀ ਹੈ ਜਿਹੜੇ ਵਾਅਦੇ ਕੀਤੇ ਗਏ ਸੀ ਉਹ ਹਲੇ ਤੱਕ ਪੂਰੇ ਨਹੀਂ ਕੀਤੇ ਜਾ ਰਹੇ ਤੇ ਬਹੁਤ ਲੰਮਾ ਸਮਾਂ ਹੋ ਗਿਆ ਬਹੁਤ ਸਾਰੇ ਮੁਲਾਜ਼ਮਾਂ ਦੀਆਂ 15-15 ਮਹੀਨਿਆਂ ਤੋਂ ਤਨਖਾਹਾਂ ਰੁਕੀਆਂ ਹੋਈਆਂ ਨੇ ਅੱਜ ਸਾਡੇ ਨਾਲ ਕੁਝ ਆਗੂ ਮੌਜੂਦ ਨੇ ਇਹਨਾਂ ਦੀਆਂ ਮੰਗਾਂ ਕੀ ਨੇ ਕਿਉਂ ਸਰਕਾਰ ਤੇ ਇਲਜ਼ਾਮ ਲੱਗ ਰਹੇ ਨੇ ਕਿ ਸਰਕਾਰ ਇਹਨਾਂ ਦੇ ਜਿਹੜੇ ਵਾਅਦੇ ਇਹਨਾਂ ਦੇ ਨਾਲ ਕੀਤੇ ਸੀ ਉਹ ਪੂਰੇ ਨਹੀਂ ਕਰ ਰਹੀ ਤੇ ਇਹਨਾਂ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਐਕਸ਼ਨ ਕੀਤਾ ਜਾਵੇਗਾ ਉਹਦੇ ਬਾਰੇ ਗੱਲਬਾਤ ਕਰਨ ਦੀ ਲੈਣ ਤੱਕ ਪਹੁੰਚੇ ਆ ਕਿ ਨਾਮ ਕੀ ਤੁਹਾਡਾ ਨਰਮਲ ਸਿੰਘ ਜੀ ਨਰਮਲ ਜੀ ਕੀ ਮੰਗਾਂ ਨੇ ਮੁੱਖ ਸਰਕਾਰ ਤੋਂ ਕਿਉਂ ਤੁਹਾਡੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਤੇ ਤੁਹਾਡਾ ਅੱਗੇ ਕੀ ਪ੍ਰੋਟੈਸਟ ਹੋਵੇਗਾ ਮੰਗਾਂ ਸਾਡੀਆਂ ਤਿੰਨ ਨੇ ਜਿਵੇਂ ਇੱਕ ਤਾਂ ਸਾਡੀ ਤਨਖਾਹ ਦਾ ਮਸਲਾ ਜੀ ਜਿਹੜੀ ਸਾਡੀ 15-15 ਮਹੀਨੇ ਤੋਂ ਤਨਖਾਹ ਪੈਂਡਿੰਗ ਪਈ ਹੈ ਤੇ ਇੱਕ ਸਾਡਾ ਹੈਗਾ ਜੀ ਪ੍ਰਮੋਸ਼ਨ ਦਾ ਪ੍ਰਮੋਸ਼ਨ ਸਾਡਾ ਜਿਹੜਾ ਹੈਗਾ ਜੀ ਪੰਚਾਇਤ ਸੈਕਟਰੀ ਭਰਤੀ ਹੁੰਦਾ ਉਹ 25 ਸਾਲ ਬਾਅਦ ਕਿਤੇ ਪੰਚਾਇਤ ਅਫਸਰ ਦਾ ਉਹਦਾ ਨੰਬਰ ਆਉਂਦਾ ਤੇ ਉਹ ਵੀ ਕੁਝ ਬੰਦੇ ਪੰਚਾਇਤ ਅਫਸਰ ਬਣਦੇ ਆ ਨਹੀਂ ਤਾਂ ਪੰਚਾਇਤ ਸੈਕਟਰੀ ਲਾ ਕੇ ਪੰਚਾਇਤ ਸੈਕਟਰੀ ਰਟਾਇਰ ਹੋ ਜਾਂਦਾ ਉਹ ਅਸੀਂ 8% ਸਰਕਾਰ ਤੋਂ ਕੋਟਾ ਮੰਗਦੇ ਸੀ ਇੱਕ ਮੇਲਾ ਅਫਸਰਾਂ ਨੂੰ ਕੋਈ ਕੋਟਾ ਦਿੱਤਾ ਸੀ ਸਰਕਾਰ ਨੇ ਕੁਝ ਸਾਲ ਪਹਿਲਾਂ ਜਦੋਂ ਪੀ ਰਾਮ ਜੀ ਸਾਡੇ ਡਿਪਾਰਟਮੈਂਟ ਸੈਕਟਰੀ ਹੁੰਦੇ ਸੀ ਉਹਨਾਂ ਨੇ ਉਹ ਹੁਣ ਮੇਲਾ ਅਫਸਰ ਜਿਹੜੇ ਹੈਗੇ ਉਹ ਸਾਡੇ ਡਿਪਾਰਟਮੈਂਟ 'ਚ ਨਹੀਂ ਰਹੇ ਕਿਉਂ ਜਿਹੜੀਆਂ ਮੰਡੀਆਂ ਉਹ ਠੇਕਿਆਂ ਤੇ ਚੜ ਚੁੱਕੀਆਂ ਐ ਉਹ ਉਹ ਜਿਹੜਾ 8% ਕੋਟਾ ਸੀ ਸਰਕਾਰ ਤੋਂ ਮੰਗਦੇ ਸੀ ਸਾਡੇ ਮੰਤਰੀ ਸਾਹਿਬ ਸਹਿਮਤ ਸੀ ਦੇਣ ਵਾਸਤੇ ਉਹ ਸਾਡੀਆਂ ਜਿਹੜੀਆਂ ਫੈਲਾ ਹੈ ਉਹ ਪਤਾ ਨਹੀਂ ਕਿੱਥੇ 2.5 ਮਹੀਨੇ ਹੋ ਗਏ ਸਾਡੇ ਨਾਲ 10 30 April ਨੂੰ ਸਰਕਾਰ ਨੇ ਵਾਅਦਾ ਕੀਤਾ ਸੀ ਸਾਨੂੰ ਸਹਿਮਤੀ ਪੱਤਰ ਦਿੱਤਾ ਸੀ ਤਿੰਨੇ ਮੰਗਾਂ ਦੇ ਇੱਕ ਸਾਡਾ ਪੈਨਸ਼ਨ ਦਾ ਹੈ ਮੇਨ ਜਿਹੜੀ ਸਾਡੀ ਮੇਨ ਭਰਤੀ ਹੈ 2001 ਦੀ ਹੈ 470 ਤੇ 909577 ਹੈ ਜਿਹੜੇ 2001 ਦੀ ਭਰਤੀ ਹੈ ਉਹ ਸਰਕਾਰ ਨੇ ਨਾ ਤਾਂ ਸਾਨੂੰ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਦੇ ਤਹਿਤ ਲਿਆਂਦਾ ਤੇ ਨਾ ਸਾਨੂੰ ਨਵੀਂ ਪੈਨਸ਼ਨ ਸਕੀਮ ਦੇ ਤਹਿਤ ਲਿਆਂਦਾ। ਜਦਕਿ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜਾ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਤਹਿਤ ਉਹਦੇ 'ਚ ਸਾਨੂੰ ਰੱਖਿਆ ਜਾਵੇ। ਹੁਣ ਤੁਹਾਡੇ ਦੇ ਵੱਲੋਂ ਇਹ ਕੀਤਾ ਜਾ ਰਿਹਾ ਕਿ ਤੁਸੀਂ ਕਹਿ ਰਹੇ ਕਿ ਅਸੀਂ ਜਿੰਨੀਆਂ ਵੀ ਚੋਣਾਂ ਹੋਣੀਆਂ ਨੇ ਪੰਚਾਇਤੀ ਚੋਣਾਂ ਹੋਣੀਆਂ ਨੇ ਉਹਨਾਂ ਦਾ ਬਾਈਕਾਟ ਕਰਾਂਗੇ। ਕੀ ਮਕਸਦ ਹੈ ਇਹਦਾ? ਅਸੀਂ 24 ਤਰੀਕ ਨੂੰ ਪੰਜਾਬ ਲੈਵਲ ਦਾ ਜਿਹੜਾ ਇੱਕ ਧਰਨਾ ਦੇ ਰਹੇ ਹਾਂ ਜੀ ਡਾਇਰੈਕਟਰ ਦਫ਼ਤਰ 7ਵੇਂ ਹੀ ਸਾਡਾ ਧਰਨਾ ਹੋਊਗਾ। ਕੋਈ ਅਸੀਂ ਕੋਈ ਉੱਥੇ ਨਾਰੀਵਾਜੀ ਨਹੀਂ ਕਰਾਂਗੇ। 7 ਮਈ ਪ੍ਰਦਰਸ਼ਨ ਸਰਕਾਰ ਨੂੰ ਅਸੀਂ ਦੱਸਾਂਗੇ ਵੀ ਸਰਕਾਰ ਨੇ 2.5 ਮਹੀਨੇ ਪਹਿਲਾਂ ਸਾਡੇ ਨਾਲ ਜਿਹੜਾ ਸਹਿਮਤੀ ਪੱਤਰ ਦਿੱਤਾ ਉਹ ਕਿਉਂ ਨਹੀਂ ਸਰਕਾਰ ਲਾਗੂ ਕਰਨ ਜਾ ਰਹੀ ਤੇ ਉਹ ਜਿਹੜਾ ਆਉਣ ਵਾਲਾ ਪ੍ਰੋਗਰਾਮ ਹੈ ਉਹ ਸਾਡੇ ਪ੍ਰਧਾਨ ਜੀ 24 ਤਰੀਕ ਨੂੰ ਜੋ ਸਾਡੀ ਸਟੇਟ ਬਾਡੀ ਦਾ ਜੋ ਫੈਸਲਾ ਹੋਏਗਾ ਉਹ ਪ੍ਰੋਗਰਾਮ ਅੱਗੇ ਲਿਖਿਆ ਜਾਊਗਾ ਨਿਰਮਲ ਜੀ ਕਿਦਾਂ ਦੇਖਦੇ ਹੋ ਸਰਕਾਰ ਵਾਅਦੇ ਕਰ ਦਿੰਦੀ ਹੈ ਤੁਹਾਡੀ ਹੁਣ ਥੋੜੇ ਚਿਰਾਂ ਬਾਅਦ ਪਹਿਲਾਂ ਜਿਹੜੇ ਪੰਚਾਇਤ ਮੰਤਰੀ ਉਹਨਾਂ ਨਾਲ ਮੀਤ ਮੁਲਾਕਾਤ ਹੋਈ ਹੈ ਬੈਠਕ ਹੋਈ ਹੈ ਬੈਠਕ ਬੇਸਿੱਟਾ ਰਹੀ ਹੈ ਕੀ ਲੱਗਦਾ ਸਰਕਾਰ ਵਾਅਦੇ ਕਿਉਂ ਕਰਦੀ ਜੇ ਉਹਨਾਂ ਨੇ ਪੂਗਾਉਣੇ ਨਹੀਂ ਹੁੰਦੇ ਪਤਾ ਨਹੀਂ ਜੀ ਤਾਂ ਹੁਣ ਸਰਕਾਰੇ ਜਾਣਦੀ ਹੈ ਵੀ ਕਿਉਂ ਵਾਅਦਾ ਕਰਦੀ ਹੈ ਜੇ ਪੂਰੇ ਨਹੀਂ ਕਰਨੀ ਜੀ ਇਹ ਤਾਂ ਸਰਕਾਰੇ ਜਾਣ ਸਕਦੀ ਆਪਾਂ ਕੀ ਕਰ ਸਕਦੇ ਆ ਕੀ ਨਾਮ ਚ ਤੁਹਾਡਾ ਹਰਜੀਪ ਸਿੰਘ ਜੀ ਹਰਜੀਪ ਜੀ ਕਿਦਾਂ ਦੇਖਦੇ ਹੋ ਤੁਸੀਂ ਸਰਕਾਰ ਦੇ ਰਵੱਈਏ ਨੂੰ ਖਾਸ ਕਰਕੇ ਪੰਚਾਇਤ ਤੇ ਜਿਹੜਾ ਜ਼ਿਲ੍ਹਾ ਅਫਸਰ ਮੁਲਾਜ਼ਮ ਨੇ ਜਿਹੜੇ ਵੀ ਜਿੰਨੇ ਵੀ ਅਧਿਕਾਰੀ ਕਰਮਚਾਰੀ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਸਰਕਾਰ ਦਾ ਰਵੱਈਆ ਉਹਨਾਂ ਪ੍ਰਤੀ ਇਦਾਂ ਦਾ ਕਿਉਂ ਲੱਗ ਰਿਹਾ ਤੁਹਾਨੂੰ ਵੀ ਸਾਡੇ ਤਾਂ ਜਿਹਨਾਂ ਕੋਲ ਮੈਨ ਮੰਗਾਂ ਦਾ ਹੋਇਆ ਵੀ ਜਿਹੜੇ ਮੰਗਾਂ ਆਏ ਆ ਅਸੀਂ ਪਹਿਲਾਂ ਵਾਅਦਾ ਕੀਤਾ ਇਹਨਾਂ ਨੇ ਪੂਰੀਆਂ ਨਹੀਂ ਕੀਤੀਆਂ ਹਰ ਇੱਕ ਚੀਜ਼ ਦਾ ਕੋਈ ਸਮਾਂ ਹੁੰਦਾ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ ਇਹ 2 ਮਹੀਨੇ 3 ਮਹੀਨੇ ਬੀਤ ਗਏ ਨਾ ਕਰਕੇ ਉਹਨਾਂ ਗਾ ਅੱਗੇ ਚੋਣ ਦਾ ਹਫ਼ਤਾ ਲੱਗਣ ਵਾਲਾ ਫਿਰ ਸਰਕਾਰ ਨੂੰ ਫਿਰ ਮਿਲ ਜੂਗਾ ਮੌਕਾ ਵੀ ਚੋਣ ਦਾ ਹਫ਼ਤਾ ਲੱਗੇ ਜੇ ਅਸੀਂ ਕਰ ਨਹੀਂ ਸਕਦੇ ਜੀ ਇਸ ਲਈ ਹੁਣ ਸਮਾਂ ਵੀ ਇਹ ਕਰਨਾ ਚਾਹੀਦਾ ਇਹਨਾਂ ਨੂੰ ਜੀ ਇਹ ਤੋਂ ਪਹਿਲਾਂ ਜੀ 25 ਤਰੀਕ ਨੂੰ ਕੈਬਨਿਟ ਦੀ ਬੈਠਕ ਵੀ ਹੋਣੀ ਹੈ ਸ਼ਾਇਦ ਉਹਦੇ ਉਹਦੇ ਕਰਕੇ ਤੁਹਾਡੇ ਸਾਰੇ ਮੁਲਾਜ਼ਮ ਹੁਣ ਧਰਨਾ ਦੇ ਰਹੇ ਨੇ ਕਿ ਉਸ ਉਸ ਬੈਠਕ ਦੇ ਵਿੱਚ ਤੁਹਾਡਾ ਮਸਲਾ ਚੱਕਿਆ ਜਾਵੇ ਤੁਹਾਨੂੰ ਲੱਗਦਾ ਕਿ ਸਰਕਾਰ ਇਹਦੇ ਬਾਰੇ ਕੁਝ ਸੋਚੇਗੀ ਚਲੋ ਮੰਤਰੀ ਸਾਹਿਬ ਉਹਨਾਂ ਦਾ ਕਿਹਾ ਜੀ ਸਾਡਾ ਕਰਨਗੇ ਜੀ ਪਰ ਬਾਕੀ ਤਾਂ ਉਹ ਪੂਰਾ ਹੋ ਨਹੀਂ ਇਸ ਟਾਈਮ ਜੇ ਪਹਿਲਾਂ ਵੀ ਵਾਅਦਾ ਕਰਕੇ ਮੋਕਰ ਗਏ ਹੁਣ ਹੁਣ ਅਸੀਂ ਜਿੰਨੀ ਦੇ ਰੋਣ ਨੂੰ ਸਾਨੂੰ ਲਿਖਤੀ ਫੇਰ ਨਹੀਂ ਦਿੰਦੇ ਕੋਈ ਕਰਦੇ ਆਰਡਰ ਜੀ ਹੁਣ ਹੀ ਦੇ ਤੱਕ ਅਸੀਂ ਇਦਾਂ ਹੀ ਰੱਖਣਗੇ ਚੰਗਾ ਤੇ ਜਾਰੀ ਕਿੰਨੀਆਂ ਦਿੱਕਤਾਂ ਨੇ ਕਿਉਂਕਿ ਬੜੀ ਹੈਰਾਨੀ ਹੁੰਦੀ ਹੈ ਕਿ 15-15 ਮਹੀਨੇ ਤਨਖਾਹ ਨਹੀਂ ਆਉਣੀ ਬੜੇ ਮੁਲਾਜ਼ਮ ਨੇ ਤੁਹਾਡੇ ਜਿਨ੍ਹਾਂ ਦੀ 15-15 ਮਹੀਨਿਆਂ ਤੋਂ ਤਨਖਾਹਾਂ ਰੁਕੀਆਂ ਹੋਈਆਂ ਨੇ ਕਿੱਦਾਂ ਦੇਖਦੇ ਹੋ ਕਿੰਨੀਆਂ ਦਿੱਕਤਾਂ ਨੇ ਹੁੰਦਾ ਬਹੁਤ ਹੀ ਹੁਣ ਜਿਹੜੇ ਬੰਦੇ ਸਾਡੇ ਤੋਂ ਇੱਥੇ ਲੋਕਲ ਬਲਾਕ ਹੈ ਜੀ ਸਾਡੇ ਇੱਥੇ ਚਲੋ ਪਹਿਲਾਂ ਇੱਥੇ ਜ਼ਮੀਨਾਂ ਵਿਕੀਆਂ ਜੀ ਕਹਣਾ ਮਤਲਬ ਇੱਥੇ ਆ ਇਸ ਬਲਾਕ 'ਚ ਪ੍ਰੋਬਲਮ ਹੈ ਨਹੀਂ ਪਰ ਜਿਹੜੇ ਦੂਜੇ ਫਾਜ਼ਿਲ ਕ ਬڑے ਬੜੇ ਬੜੇ ਮੁਲਾਜ਼ਮ ਨੇ ਜਿਨ੍ਹਾਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਨੇ ਕਈਆਂ ਦੇ ਨਾਮ ਵੀ ਬਕਾਇਦਾ ਇਹਨਾਂ ਨੂੰ ਯਾਦ ਨੇ ਨਰਮਲ ਜੀ ਕਿੰਨੇ ਕੁ ਮੁਲਾਜ਼ਮ ਨੇ ਤੁਹਾਡੇ ਹਿਸਾਬ ਨਾਲ ਸਾਡੀਆਂ ਜੀ ਜਿਹੜਾ ਇੱਕ ਬਲਾਕ ਅਰਨੀ ਵਾਲਾ ਬਲਾਕ ਖੂਈਆ ਸਰਬਰ ਜ਼ਿਲ੍ਹਾ ਫਾਜ਼ਿਲਕਾ ਦੇ ਫਾਜ਼ਿਲਕਾ ਦੇ ਵਿੱਚ ਹੈ ਜੀ ਬਲਾਕ ਤਲਵੰਡੀ ਸਾਬੋ ਜ਼ਿਲ੍ਹਾ ਮੁਕਸਰ ਦੇ ਵਿੱਚ ਹੈ ਜੀ ਉਹਨਾਂ ਦੀਆਂ 15-15 ਮਹੀਨੇ ਦੀਆਂ ਤਨਖਾਹਾਂ ਪੈਂਡਗੀਆਂ ਤੇ ਅਸੀਂ ਚਾਹੁੰਦੇ ਵੀ ਤਨਖਾਹ ਜਿਹੜੀ ਸਾਡੀ ਉਹ ਸਰਕਾਰੀ ਖਜ਼ਾਨੇ ਤੋਂ ਕੀਤੀ ਜਾਵੇ ਰੈਗੂਲਰ ਤਨਖਾਹ ਮਿਲਦੀ ਰਹੇ ਸਾਨੂੰ ਤੇ ਸਾਡਾ ਜਿਹੜਾ ਇੱਕ ਪੰਚਾਇਤ ਕਤਰਜੀ ਸੰਜੀਵ ਕੁਮਾਰ ਬਲਾਕ ਔੜ ਤੋਂ ਉਹ ਨੂੰ ਡੀਡੀਪੀਓ ਸਾਹਿਬ ਨੇ ਫੋਨ ਕੀਤਾ ਵੀ ਜਲਦੀ ਸਾਡੇ ਕੋਲ ਪਹੁੰਚ ਤੇ ਉਹਨੇ ਮਤਲਬ ਫੋਨ ਚੱਕਿਆ ਨਹੀਂ ਹੈ ਫੋਨ ਆ ਚੱਕਣ ਦੇ ਕਰਕੇ ਉਹਨੂੰ ਸਸਪੈਂਡ ਕਰਤਾ ਵੀ 25-25 ਪਿੰਡਾਂ ਦਾ ਉਸ ਜਿਹੜਾ ਬੰਦੇ ਤੇ ਬੋਝ ਸੀ ਇਸ ਕਰਕੇ ਮਤਲਬ ਉਹ ਉਹਨੂੰ ਬਿਨਾਂ ਹੀ ਕਿਸੇ ਵਜ੍ਹਾ ਤੋਂ ਬੰਦੇ ਨੂੰ ਸਸਪੈਂਡ ਕਰਤਾ ਇਹ ਜਿਹੜੀ ਹੈਰਾਨੀ ਦੀ ਬੜੀ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਫੋਨ ਨਾ ਚੱਕਣ ਤੇ ਮੁਲਾਜ਼ਮ ਸਸਪੈਂਡ ਕੀਤੇ ਜਾ ਰਹੇ ਨੇ ਇਹ ਇਹਨਾਂ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਹਾਂਜੀ ਸਾਡਾ ਇੱਕ ਨਾ ਬੜਾ ਗਦਾਵਰ ਸਿੰਘ ਪੰਚਾਇਤ 77 ਦੁੱਧੜਾ ਪਿੰਡ ਹੈ ਜੀ ਉਹਦਾ ਜ਼ਿਲ੍ਹਾ ਪਟਿਆਲੇ ਚ ਉਹ ਬੰਦਾ ਤੇ ਉਹਦੇ ਘਰ ਵਾਲੀ ਬਿਨਾਂ ਤਨਖਾਹ ਮਿਲਣ ਕਾਰਨ ਬਿਮਾਰ ਹੋ ਗਏ ਬਿਮਾਰ ਦੇ ਵਿੱਚ ਦੋਨਾਂ ਦੀ ਮੌਤ ਹੋ ਗਈ ਹੁਣ ਵੀ ਉਹਨਾਂ ਦੀ 7 ਮਹੀਨੇ ਤੋਂ ਤਨਖਾਹ ਉਸ ਸੈਕਟਰੀ ਦੀ ਪੈਂਡਿੰਗ ਹੈ ਜਦ ਕੇ ਦੋ ਮੀਆਂ ਬੀਬੀ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚ ਗਏ ਆ ਵੀ ਇੰਨੇ بڑے ਦੁੱਖ ਨਾਲ ਕਹਿਣਾ ਪੈ ਰਿਹਾ ਜੀ ਵੀ ਮਤਲਬ ਹੁਣ ਵੀ ਉਹਨਾਂ ਨੂੰ ਤਨਖਾਹ ਨਾ ਮਿਲਣ ਕਰਕੇ ਉਹ ਇਲਾਜ ਸਹੀ ਢੰਗ ਨਾਲ ਨਹੀਂ ਹੋਇਆ ਜੋ ਪੈਸੇ ਨਾਲ ਇਲਾਜ ਹੋਣਾ ਵੀ ਇਸ ਤਰ੍ਹਾਂ ਦੀ ਸਾਡੀ ਜਿਹੜੀ ਹੈਗੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਾਡੇ ਬੜੀ ਹੈਰਾਨੀ ਹੁੰਦੀ ਹੈ ਕਿ ਜਿਹੜੀਆਂ ਆਪਣੀਆਂ ਤਨਖਾਹਾਂ ਮੰਗ ਰਹੇ ਨੇ ਮੁਲਾਜ਼ਮ ਉਹਨਾਂ ਦੇ ਨਾਲ ਸਰਕਾਰ ਕਿਤਨੇ ਕਿਤੇ ਭਰੋਸੇ ਕਰ ਰਹੀ ਹੈ ਪਰ ਵਾਅਦੇ ਜਿਹੜੇ ਨੇ ਉਹ ਵਫਾ ਨਹੀਂ ਕਰ ਰਹੀ ਕੀ ਨਾਮ ਜੀ ਤੁਹਾਡਾ ਰਜਿੰਦਰ ਕੁਮਾਰ ਜੀ ਮੇਰਾ ਨਾਮ ਕਿਦਾਂ ਦੇਖਦੇ ਹੋ ਸਰ ਵੀ ਸਰਕਾਰ ਕਿਤਨੇ ਕਿਤੇ ਜਿਹੜੇ ਤੁਹਾਡੇ ਬਣਦੇ ਹੱਕ ਨੇ ਤੁਹਾਡੇ ਮੁਲਾਜ਼ਮਾਂ ਦੇ ਤੁਹਾਡੇ ਸਾਥੀਆਂ ਦੇ ਉਹੀ ਵਾਅਦੇ ਕਰ ਰਹੀ ਹੈ ਵੀ ਦੇਵਾਂਗੇ ਪਰ ਦਿੱਤੇ ਨਹੀਂ ਜਾ ਰਹੇ ਬਿਲਕੁਲ ਨਹੀਂ ਦਿੱਤੇ ਜਾ ਰਹੇ ਜੀ ਸਾਡੇ ਸਾਰੇ ਮੁਲਾਜ਼ਮਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਤਨਖਾਹਾਂ ਨਾ ਮਿਲਣ ਕਾਰਨ ਕਈ ਬੰਦਿਆਂ ਨੇ ਆਪਣੇ ਹਾਊਸ ਲੋਨ ਲਏ ਹੁੰਦੇ ਆ ਕਿਸੇ ਤਰ੍ਹਾਂ ਦੇ ਵੀ ਲੋਨ ਲਏ ਹੁੰਦੇ ਆ ਸਿਰਫ ਤਨਖਾਹ ਤਨਖਾਹ ਤੇ ਡਿਪੈਂਡ ਹੈ ਗਿਆ ਜੇ ਉਹ ਲੋਨ ਨਹੀਂ ਤਾ ਦੇ ਟਾਈਮ ਤੇ ਤਾਂ ਬੈਂਕ ਵਾਲੇ ਉਹਨੂੰ ਬਹੁਤ ਜ਼ਿਆਦਾ ਪਲੈਂਟੀ ਲਾਉਂਦੇ ਆ ਇਸ ਕਰਦੀਆਂ ਪੁਸ਼ਕਲਾਂ ਨੇ ਇੱਕ ਸਾਡੇ ਸੈਕਟਰੀ ਹੈ ਭਪਿੰਦਰ ਸਿੰਘ ਜੀ ਉਹ ਡੀ ਐਮ ਸੀ ਚ ਦਾਖਲ ਨੇ ਔਰ ਬਹੁਤ ਜ਼ਿਆਦਾ ਪਰੇਸ਼ਾਨੀ ਕਰਕੇ ਕੰਮਾਂ ਦੀ ਪਰੇਸ਼ਾਨੀ ਬਹੁਤ ਜ਼ਿਆਦਾ ਹੈ ਹਰੇਕ ਜੋ ਵੀ ਕੰਮ ਹੈ ਪੰਚਾਇਤ ਸਖਤਰ ਔਰ ਪੰਚਾਇਤ ਸੰਪਤੀ ਮਲਾਜਮਾਂ ਤੇ ਰੱਖਿਆ ਜਾ ਰਿਹਾ ਹੈ ਕਿਸੇ ਤਰ੍ਹਾਂ ਦੀ ਕੋਈ ਸਰਕਾਰ ਸਾਡੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹੋ ਰਹੀ ਸਾਨੂੰ ਜੋ ਵੀ ਹੈ ਭਰੋਸੇ ਜੁਰ ਦਿੱਤੇ ਜਾਂਦੇ ਨੇ ਵੀ ਤੁਹਾਡਾ ਆ ਵੀ ਕਰਾਂਗੇ ਪਰ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਕਰ ਜੇ ਮੰਗਾਂ ਦੀ ਗੱਲ ਕਰੀਏ ਮੁੱਖ ਮੰਗਾਂ ਇਹ ਹੋ ਗਈਆਂ ਵੀ ਤਨਖਾਹਾਂ ਨਹੀਂ ਇੱਕ ਤਾਂ ਮਿਲ ਰਹੀਆਂ ਇੱਕ ਆਪਾਂ ਹੋਰ ਤੁਹਾਡੇ ਵੱਲੋਂ ਕਿਹੜੀਆਂ ਮੰਗਾਂ ਨੇ ਹੋਰ ਸਾਡੀ ਪ੍ਰਮੋਸ਼ਨ ਦਾ ਕੇਸ ਹੈ ਜੀ 24 ਸਾਲ ਬਾਅਦ ਮੇਰੀ ਪ੍ਰਮੋਸ਼ਨ ਪੰਚਾਇਤ ਅਫਸਰ ਦੀ ਹੋਈ ਹੈ ਤੇ ਅੱਜ ਤੱਕ ਸਾਨੂੰ ਕੋਈ ਉਮੀਦ ਨਹੀਂ ਸਾਨੂੰ ਇੱਕ ਪੰਚਾਇਤ ਅਫਸਰ ਨੂੰ ਵੀਡੀਓ ਦਾ ਕਲਰਕ ਬਣਾ ਕੇ ਰੱਖ ਦਿੱਤਾ ਗਿਆ ਹੈ ਜੋ ਕਿ ਸਾਡੇ ਕੋਈ ਵੈਲਿਊ ਨਹੀਂ ਦਫਤਰ ਦੇ ਵਿੱਚ ਹੁੰਦੀ। ਇਹੀ ਤਾਂ ਪ੍ਰੋਬਲਮ ਆਨੇ ਸਾਨੂੰ। ਸਾਡੇ ਸਾਡੇ ਮੰਗੇ ਸੱਚੇ ਹੱਕਾਂ ਨੇ ਇਹੋ ਪੀਐਸ ਦੀ ਸਾਡੀ ਪੋਸਟ ਹੈ। ਇਹ ਪੰਚਾਇਤ ਸਮਤੀ ਦੀ ਐਗਜ਼ੀਕਟਿਵ ਇਸਰ ਪੰਚਾਇਤ ਉਹ ਵੀ ਸਮਤੀ। ਔਰ ਉਹ ਸਾਨੂੰ ਪੋਸਟ ਵੀ ਦੇ ਰਹੇ ਔਰ ਅਸੀਂ 8% ਕੋਟਾ ਮੰਗ ਰਹੇ ਉਹ ਵੀ ਨਹੀਂ ਦਿੱਤਾ ਜਾ ਰਿਹਾ। ਪਹਿਲਾਂ ਵੀ ਧਰਨੇ ਦਿੱਤੇ ਜਾ ਚੁੱਕੇ ਨੇ, ਪਹਿਲਾਂ ਵੀ ਵਿਰੋਧ ਕੀਤਾ ਜਾ ਰਿਹਾ ਜਾ ਚੁੱਕਾ ਆ ਪੰਚਾਇਤ ਦਫਤਰ ਜਿਹੜਾ ਉਹਨਾਂ ਦਾ ਆਪਣੇ ਮੰਤਰਾਲੇ ਹੈਗਾ। ਉਹਨਾਂ ਦੇ ਜਿਹੜੇ ਮੰਤਰੀ ਸਾਹਿਬ ਆ ਉਹਨਾਂ ਨੂੰ ਵੀ ਬਹੁਤ ਵਾਰੀ ਤੁਹਾਡੇ ਵੱਲੋਂ ਕਿਆ ਗਿਆ ਕਿ ਵੀ ਤੁਹਾਡੇ ਹਕੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇ ਪਰ ਭਰੋਸੇ ਤੋਂ ਬਾਅਦ ਕੁਝ ਨਹੀਂ ਹੁੰਦਾ ਕਿੱਦਾਂ ਦੇਖਦੇ ਆ ਇਹ ਤਾਂ ਸਰਕਾਰਾਂ ਨੇ ਹਮੇਸ਼ਾ ਵਾਅਦੇ ਕਰਦਿਆਂ ਨੇ ਪੂਰੇ ਵੀ ਕਰਦਿਆਂ ਆਈਆਂ ਨੇ ਕਈ ਸਰਕਾਰਾਂ ਪਰ ਇਹ ਪਹਿਲੀ ਵਾਰੀ ਵੇਖਿਆ ਤਿੰਨ ਵਾਰੀ ਸਾਨੂੰ ਉੱਥੇ ਮੰਤਰੀ ਸਾਹਿਬ ਨੇ ਆਪ ਜਲੂਸ ਜੂਸ ਪਿਆ ਕੇ 30 ਅਪ੍ਰੈਲ ਨੂੰ ਸਾਨੂੰ ਉਤਰਨੇ ਤੋਂ ਉਠਾਇਆ ਸੀ ਵੀ ਤੁਹਾਡਾ 1 ਮਹੀਨੇ ਦੇ ਅੰਦਰ ਹੱਲ ਕਰ ਦੇਵਾਂਗੇ ਇਹ 2 ਮਹੀਨੇ ਹੋਣ ਤੋਂ ਬਾਅਦ ਵੀ ਸਾਡਾ ਕੋਈ ਮਸਲਾ ਹੱਲ ਨਹੀਂ ਹੋਇਆ ਕੀ ਨਾਮ ਹੈ ਤੁਹਾਡਾ ਰਾਣੀ ਗੋਇਲ ਮੈਡਮ ਕਿਦਾਂ ਦੇਖਦੇ ਹੋ ਸਰਕਾਰ ਨੇ ਤਨਖਾਹਾਂ ਨਹੀਂ ਦਿੱਤੀਆਂ ਬਹੁਤ ਸਾਰੇ ਮੁਲਾਜ਼ਮਾਂ ਦੀਆਂ ਕਿੰਨੀਆਂ ਦਿੱਕਤਾਂ ਨੇ ਘਰ ਚਲਾਉਣ ਦੇ ਵਿੱਚ ਕਿੰਨੀਆਂ ਦਿੱਕਤਾਂ ਆ ਰਹੀਆਂ ਨੇ ਕਿਉਂਕਿ ਇਹ ਮਹਿਲਾਵਾਂ ਦੇ ਹੱਥ ਘਰ ਦਾ ਸਾਰਾ ਕਾਰਜਵਾਰ ਹੁੰਦਾ ਜੇ ਤਨਖਾਹ ਨਹੀਂ ਆਉਂਦੀਆਂ ਤਾਂ ਕਿੰਨੀਆਂ ਦਿੱਕਤਾਂ ਨੇ ਸਰ ਜਦ ਤੱਕ ਆਪਾਂ ਕੋਲ ਘਰ ਚਲਾਉਣ ਲਈ ਪੈਸੇ ਹੀ ਨਹੀਂ ਹੱਥ 'ਚ ਨਹੀਂ ਹੋਏਗਾ ਤਾਂ ਆਪਾਂ ਕੋਈ ਵੀ ਪ੍ਰੋਬਲਮ ਜਿਹੜੀਆਂ ਕ੍ਰੀਏਟ ਕਰਨੀਆਂ ਹੁੰਦੀਆਂ ਹਨਾ ਘਰ ਦੇ ਵਿੱਚ ਕਾਫੀ ਇਹੋ ਜਿਹਾ ਕੁਝ ਹੈ ਜੋ ਆਪਾਂ ਕਿਸੇ ਹਰ ਡਾਊਨ ਅਧਾਰਾ ਵੀ ਨਹੀਂ ਲੈ ਸਕਦੇ ਠੀਕ ਹੈ ਜੇ ਆਪਾਂ ਉਧਾਰ ਲੈਣਾ ਉਹਨੂੰ ਉਤਾਰਨਾ ਵੀ ਪੈਂਦਾ ਹੈ ਲੇਕਿਨ ਜਦ ਆਪਾਂ ਨੂੰ ਤਨਖਾਹੀ ਨਹੀਂ ਮਿਲਿਆ ਉਹਨਾਂ ਨੂੰ ਉਤਾਰਨਾ ਵੀ ਕਰਦਾ ਹੈ ਹਰ ਕਾਤਕ ਆਪਾਂ ਨੂੰ ਉਧਾਰ ਦੇ ਸਕਦੇ ਨੇ ਠੀਕ ਹੈ ਤੇ ਅਸੀਂ ਦੇਖੋ ਹੁਣ ਸ਼ਨੀ ਐ ਐਤਵਾਰ ਵੀ ਅਸੀਂ ਰੋਟੀਨ 'ਚ ਲਗਾ ਰਹੇ ਆ 3 ਮਹੀਨੇ ਸਾਨੂੰ ਟਾਈਮ ਇੰਨੀ ਹੋ ਚੁੱਕੀ ਹੈ ਪਰ ਫਿਰ ਵੀ ਸਰਕਾਰ ਤੇ ਕੋਈ ਅਸਰ ਨਹੀਂ ਹੁੰਦਾ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਵੀ ਹਾਂ ਜਦ ਸਾਰੇ ਮੁਲਾਜ਼ਮ ਅਸੀਂ ਲੇਡੀਜ਼ ਹੋ ਕੇ ਵੀ ਅਸੀਂ ਹੋ ਰਿਹਾਣੇ ਆ ਅਸੀਂ ਆਪਣੇ ਬੱਚੇ ਛੱਡ ਕੇ ਆਣੇ ਆ ਠੀਕ ਹੈ ਅਸੀਂ ਘਰ ਦੇ ਕੰਮ ਵੀ ਕਰਨੇ ਆ ਤੇ ਅਸੀਂ ਫਿਰ ਵੀ ਹੋ ਰਿਹਾਣੇ ਆ ਤਾਂ ਉਹਨਾਂ ਨੂੰ ਇਹਨਾਂ ਦਾ ਸ਼ਰਮ ਹੋਣੀ ਚਾਹੀਦੀ ਹੈ ਕਿ ਵੀ ਹਾਂ ਅਸੀਂ ਇਹਨ ਠੀਕ ਹੈ ਸਾਡਾ ਹੱਕ ਹੈ ਤਨਖਾਹ ਲੈਣਾ ਸਭ ਦਾ ਹੱਕ ਹੈ ਜਦ ਅਸੀਂ ਕੰਮ ਕਰ ਰਹੇ ਹਾਂ ਪਰ ਮੋਸ਼ਨ ਲੈਣਾ ਸਾਡੀ ਹੱਕ ਬਣਦੀ ਹੈ ਬੜੀ ਹੈਰਾਨੀ ਹੁੰਦੀ ਹੈ ਮੈਡਮ ਕਿ 2 ਮਹੀਨੇ ਦੀ ਤਨਖਾਹ ਨਾ ਆਵੇ ਜਾਂ 3 ਮਹੀਨੇ ਦੀ ਤਨਖਾਹ ਆਵੇ ਤਾਂ ਘਰ ਚਲਾਉਣਾ ਬੜਾ ਮੁਸ਼ਕਿਲ ਹੋ ਜਾਂਦਾ 15 15 ਮਹੀਨੇ 15 ਮਹੀਨੇ ਹੋ ਗਏ ਕਿ ਤਨਖਾਹ ਨਹੀਂ ਮਿਲੀ ਉਹਨਾਂ ਦੇ ਘਰਾਂ ਦੇ ਕੀ ਹਾਲਾਤ ਹੋਣਗੇ ਕਈ ਐਜੇ ਵੀ ਸਾਡੇ ਸਕੱਤਰ ਨੇ ਜਿਨ੍ਹਾਂ ਨੇ ਸੂਸਾਈਡ ਵੀ ਕਰ ਲਿਆ ਸਿਰਫ ਇਸੇ ਕਰਕੇ ਕਿ ਉਹਨਾਂ ਦੇ ਘਰ ਚੱਲਣ ਦੇ ਹਾਲਾਤ ਇਹਨੇ ਗੰਦੇ ਹੋ ਚੁੱਕੇ ਕਿਉਂਕਿ ਉਹਨਾਂ ਨੂੰ ਤਨਖਾਹ ਹੀ ਨਹੀਂ ਮਿਲੀਆਂ ਤੁਸੀਂ ਦੇਖੋ ਉਸ ਤੋਂ ਬਾਅਦ ਵੀ ਸਰਕਾਰ ਨੇ ਸਾਡੀ ਹੋਂ ਤੱਕ ਮੰਗਾ ਨਹੀਂ ਬ ਤੇ ਇਹ ਕਿਉਂਕਿ ਜਿਹੜੇ ਪਰਿਵਾਰਾਂ ਦੇ ਵਿੱਚ ਆਪਣੇ ਬਜ਼ੁਰਗ ਵੀ ਹੁੰਦੇ ਨੇ ਉਹਨਾਂ ਦੇ ਦਵਾਈਆਂ ਉਹਨਾਂ ਦੇ ਬਹੁਤ ਕੁਝ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ ਸਿਰਫ ਇਹ ਨਹੀਂ ਕਿ ਸਾਨੂੰ ਆਪਣੀ ਜ਼ਰੂਰਤਾਂ ਸਾਨੂੰ ਆਪਣੇ ਪਰਿਵਾਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪੈਸੇ ਦੀ ਜ਼ਰੂਰਤ ਹੈ ਠੀਕ ਹੈ ਅਸੀਂ ਹੁਣ ਦੀ ਗੱਲ ਕਰੀ ਕਿੰਨਾ ਕੰਮ ਤੁਹਾਡੇ ਤੋਂ ਕਰਾਇਆ ਜਾ ਰਿਹਾ ਕਿਉਂਕਿ ਤੁਸੀਂ ਹੁਣੇ ਦੱਸ ਕੇ ਹਟੇ ਵੀ ਛਣੀ ਐਤਵਾਰ ਵੀ ਤੁਹਾਡੇ ਤੋਂ ਲਗਵਾਏ ਜਾ ਰਹੇ ਨੇ ਇੰਨਾ ਕੰਮ ਵੀ ਕਰਵਾਇਆ ਜਾ ਰਿਹਾ ਫੇ ਨਹੀਂ ਮਿਹਨਤਾਂ ਨੇ ਟਾਈਮ ਸਰ ਮਿਲਦਾ ਕਿਦਾਂ ਦੇਖਦੇ ਸੀ ਇਹਨੂੰ ਕਿੰਨਾ ਕੰਮ ਇਸ ਵੇਲੇ ਤੁਹਾਡੇ ਤੇ ਹੈਗਾ ਸਿਸਟਮ ਤੁਹਾਡੇ ਤੇ ਬਹੁਤ ਬੋਝ ਹੈ ਇਸ ਕੰਮ ਦਾ ਖਾਸ ਕਰਕੇ ਸਿਵਾੜ ਬੰਦੀ ਰੋਜ਼ ਕੋਈ ਨਾ ਕੋਈ ਨਵੀਂ ਰਿਪੋਰਟ ਬੇਸ਼ੱਕ ਅਸੀਂ ਉਹ ਰਿਪੋਰਟਾਂ ਨਾ ਰੋਜ਼ ਦੀ ਤਰ੍ਹਾਂ ਹੀ ਆਫਿਸ ਅਸੀਂ ਦੇਂਦੇ ਆ ਪਰ ਫਿਰ ਵੀ ਸਾਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਅੱਜ ਹੀ ਰਿਪੋਰਟ ਦਿੱਤੀ ਜਾਵੇ ਤਾਂ ਜਿਸ ਕੋਲ 15 ਪਿੰਡ ਨੇ ਜਾਂ ਜਿਸ ਕੋਲ 12 ਪਿੰਡ ਨੇ ਉਹ ਇੱਕ ਦਿਨ ਦੇ ਵਿੱਚ ਠੀਕ ਹੈ ਤੇ ਉਹ ਸਾਨੂੰ ਫੇਰ ਵੀ ਭਜਣਾ ਪੈਂਦਾ ਜੇ ਨਹੀਂ ਦਿੰਦੇ ਤਾਂ ਉਹ ਸਾਨੂੰ ਉਲਟਾ ਕਹਿੰਦੇ ਨੇ ਕਿ ਹਾਂ ਥੋੜੀ ਜਿਹਾ ਜਵਾਬ ਤਲਵੀਆਂ ਕਰਾਂਗੇ ਕੁਝ ਵੀ ਲੇਕਿਨ ਉਹਨਾਂ ਨੂੰ ਇਹਦਾ ਸਮਝ ਨਹੀਂ ਆਉਂਦਾ ਕਿ ਜਦ ਉਹਨਾਂ ਨੇ ਉੱਠ ਕੇ ਜਾਣਾ ਹੈ ਉਹਦੇ ਲਈ ਉਹ ਸਾਨੂੰ ਅਸੀਂ ਪੈਟਰੋਲ ਵੀ ਪਵਾਣਾ ਆਪਣੀ ਗੱਡੀਆਂ ਐ ਜਾਂ ਸਾਡੇ ਕੋਲ ਐਕਟਿਵਾ ਕੁਝ ਵੀ ਹੈ ਬਟ ਜੇ ਸਾਡੇ ਖਾਤਿਆਂ 'ਚ ਪੈਸਾ ਹੀ ਨਹੀਂ ਆ ਸਾਨੂੰ ਤਨਖਾਹ ਹੀ ਨਹੀਂ ਮਿਲਣੀ ਅਸੀਂ ਉੱਥੇ ਤੱਕ ਕਿਵੇਂ ਪਹੁੰਚਣਾ ਹੈ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਸੌਖਾ ਕੰਮ ਨਹੀਂ ਹੁੰਦਾ ਰਿਪੋਰਟਾਂ ਪੇਸ਼ ਕਰਨੀਆਂ ਉੱਪਰੋਂ ਜਿਹੜੇ ਅਧਿਕਾਰੀ ਏਸੀ ਕਮਰਿਆਂ ਦੇ ਵਿੱਚ ਬੈਠੇ ਉਹਨਾਂ ਨੇ ਤਾਂ ਕਹਿ ਦੇਣਾ ਹੁੰਦਾ ਵੀ ਰਿਪੋਰਟ ਪੇਸ਼ ਕਰੋ ਪਰ ਰਿਪੋਰਟ ਪੇਸ਼ ਕਿੱਦਾਂ ਹੁੰਦੀ ਹੈ ਉਹਦੇ ਪਿੱਛੇ ਮਿਹਨਤ ਬਹੁਤ ਹੁੰਦੀ ਹੈ ਸ਼ਨੀ ਐਤਵਾਰ ਵੀ ਲਗਾ ਰਹੇ ਹਾਂ ਕਿੱਦਾਂ ਦੇਖਦੇ ਹਾਂ ਕਿ ਸਰਕਾਰ ਕਹਿੰਦੀ ਵੀ ਪੰਚਾਇਤੀ ਚੋਣਾਂ ਦਾ ਕੰਮ ਲਗਭਗ ਮੁਕੰਮਲ ਹੋ ਗਿਆ ਉਹਨਾਂ ਦਾ ਦਾਵਾ ਆ ਤੁਹਾਨੂੰ ਲੱਗਦਾ ਕਿ ਮੁਕੰਮਲ ਹੋ ਗਿਆ ਜਾਂ ਹਲੇ ਤਾਂ ਸ਼ੁਰੂ ਹੀ ਹੋਇਆ ਕੰਮ ਨਹੀਂ ਹੋ ਵੀ ਗਿਆ ਬਟ ਚੱਲ ਵੀ ਰਿਹਾ ਹੈ ਕਿਉਂਕਿ ਅਸੀਂ ਲੱਗੇ ਹੋਏ ਹਾਂ ਸਾਰੇ ਦਿਨ ਰਾਤ ਸਾਰੇ ਸਖਤਰ ਅਸੀਂ ਆਨੇ ਆ ਔਰ ਇਹ ਸ਼ਨੀ ਐਤਵਾਰ ਨੂੰ ਅ ਦਿਨਾਂ ਅਸੀਂ 5 ਡੇਸ ਅਸੀਂ ਆਪਣੇ ਫੀਲਡ ਵਿੱਚ ਵੀ ਜਾਂਦੇ ਹਾਂ ਕਦੇ ਸਾਨੂੰ ਆਫਿਸ ਵੀ ਬੁਲਾ ਲੈਂਦੇ ਆ ਮਤਲਬ ਕਿ ਸਾਡਾ ਕੋਈ ਨਾ ਟਾਈਮ ਜਾਂਦਾ ਹੁਣ ਨਾ ਕੋਈ ਟਾਈਮ ਆਂਦਾ ਅਸੀਂ ਵਾਰਡਬੰਦੀ ਦੀ ਸਾਰੇ ਜੁੱਝੇ ਜ਼ਰੂਰ ਹੋਈਆਂ ਪਰ ਹਜੇ ਤੱਕ ਕੰਪਲੀਟ ਨਹੀਂ ਹੋਈ ਹੈ ਮਹਿਲਾਵਾਂ ਦੇ ਸਿਰ ਤੇ ਘਰ ਦੀ ਬਹੁਤ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਪਰ ਇਹ ਮਹਿਲਾਵਾਂ ਘਰ ਦਾ ਕੰਮ ਤੇ ਆਫਿਸ ਦਾ ਕੰਮ ਦੋਹੇ ਸੰਭ ਰਹੀ ਨੇ ਸ਼ਲਾਘਾਯੋਗ ਨੇ ਪਰ ਸਰਕਾਰ ਜਿਹੜੀ ਆ ਕਿਤੇ ਨਾ ਕਿਤੇ ਇਹਨਾਂ ਦੇ ਹੱਕ ਦੇਣ ਦੇ ਵਿੱਚ ਦੇਰੀ ਕਰ ਰਹੀ ਹੈ ਕੀ ਮੰਗ ਆ ਤੁਹਾਡੀ ਸਿੱਧੇ ਤੌਰ ਤੇ ਸਾਡੇ ਤੇ ਇਹ ਮੰਗ ਹੈ ਜਿੱਤ ਸਾਡੇ ਤੇ ਸਾਰੇ ਜਿੰਨੇ ਵੀ ਤਨਖਾਹ ਜਿਸ ਵੀ ਮੁਲਾਜ਼ਮ ਦੀ ਰੁਕੀ ਹੋਈ ਹੈ ਜਿਹੜੇ ਵੀ ਉਹਦੇ ਚ ਰੁਕੀ ਹੈ ਬਲੌਕ ਦੇ ਵਿੱਚ ਸਭੀਆਂ ਤਨਖਾਹ ਪੂਰੀਆਂ ਕੀਤੀਆਂ ਜਾਣ ਸਾਨੂੰ ਸਾਰੀ ਪੈਨਸ਼ਨ ਜੂਰ ਦਿੱਤੀ ਜਾਵੇ ਤੇ ਇੱਕ ਸਾਨੂੰ ਪ੍ਰੋਮੋਸ਼ਨ ਦਿੱਤੀ ਜਾਵੇ ਕਿਉਂਕਿ ਅਸੀਂ ਲੋਕ ਸਕੱਤਰ ਹੀ ਅਸੀਂ ਭਰਤੀ ਹੁੰਨੇ ਆ ਸਕੱਤਰ ਹੀ ਅਸੀਂ ਰਿਟਾਇਰ ਹੋ ਜਾਂਦੇ ਆ ਚਾਹੇ ਅਸੀਂ ਉਹ 30 ਸਾਲ ਨੌਕਰੀ ਕੀਤੀ ਹੈ ਚਾਹੇ ਅਸੀਂ 25 ਸਾਲ ਨੌਕਰੀ ਕੀਤੀ ਹੈ ਉੱਥੇ ਹੀ ਅਸੀਂ ਰਿਟਾਇਰ ਹੁੰਨੇ ਆ ਸਾਨੂੰ ਹੱਕ ਹੈ ਪ੍ਰੋਮੋਸ਼ਨ ਲੈ ਕੇ ਰਿਟਾਇਰ ਹੋਣ ਦਾ ਸਾਨੂੰ ਪ੍ਰੋਮੋਸ਼ਨ ਮਿਲਣੀ ਚਾਹੀਦੀ ਹੈ ਸਟੈਪ ਟੂ ਸਟੈਪ ਚਲਣੀ ਚਾਹੀਦੀ ਹੈ ਪ੍ਰੋਮੋਸ਼ਨਸ ਪੰਚਾਇ ਉਹਨਾਂ ਨੂੰ ਬਹੁਤ ਸਾਰੇ ਕੰਮ ਲਏ ਜਾਂਦੇ ਨੇ ਸਰਕਾਰ ਨੇ ਬਹੁਤ ਸਾਰੇ ਭਰੋਸੇ ਦਿੱਤੇ ਭਰੋਸੇ ਦੇ ਕੇ ਭਰੋਸੇ ਪੂਰੇ ਨਹੀਂ ਕੀਤੇ ਜਾ ਰਹੇ ਬੜੀ ਹੈਰਾਨੀ ਦੀ ਗੱਲ ਹੈ ਬੜੀਆਂ ਦਿੱਕਤਾਂ ਨੇ 15-15 ਮਹੀਨਿਆਂ ਤੋਂ ਤਨਖਾਹਾਂ ਰੁਪਿਆਵਾਂ ਹੋਈਆਂ ਨੇ ਫੇਰ ਵੀ ਇਹ ਮੁਲਾਜ਼ਮ ਆਪਣਾ ਜ਼ਿੰਮੇਵਾਰੀ ਸਮਝਦੇ ਹੋਏ ਕੰਮ ਕਰ ਰਹੇ ਨੇ ਪੁੱਛਦਿਆਂ ਕਿੰਨੀਆਂ ਦਿੱਕਤਾਂ ਨੇ ਕੀ ਨਾਮ ਦੀ ਤੁਹਾਡਾ ਹਰਿੰਦਰ ਕੌਰ ਮੈਡਮ ਕਿੱਦਾਂ ਦੇਖਦੇ ਹੋ ਸਰਕਾਰ ਦੇ ਰਵੱਈਏ ਨੂੰ ਖਾਸ ਕਰਕੇ ਤੁਹਾਡੇ ਜਿੰਨੇ ਵੀ ਤੁਹਾਡੇ ਵਿਭਾਗ ਦੇ ਮੁਲਾਜ਼ਮ ਨੇ ਕਿੱਦਾਂ ਦੇਖਦੇ ਹੋ ਕਿੰਨੀਆਂ ਦਿੱਕਤਾਂ ਨੇ ਇਸ ਵਕਤ ਕਿਉਂਕਿ 15-15 ਮਹੀਨੇ ਤਨਖਾਹ ਨਾ ਆਉਣੀ ਬਹੁਤ ਵੱਡੀ ਮੁਸ਼ਕਲ ਹੈ ਉਹ ਟਾਂਚਾ ਜਿਹਦੇ ਉੱਪਰ ਸਾਡੀ ਸਰਕਾਰ ਚੱਲਦੀ ਹੈ ਅਸੀਂ ਉਸ ਮਹਿਕਮੇ 'ਚ ਕੰਮ ਕਰ ਰਹੇ ਹਾਂ ਜਿਹੜਾ ਜਿਹਨੂੰ ਆਪਾਂ ਹਰ ਡਿਪਾਰਟਮੈਂਟ ਦੀ ਸਰਕਾਰ ਦੀ ਬੈਕਬੋਨ ਕਹਿ ਸਕਦੇ ਹਾਂ ਉਸ ਬੈਕਬੋਨ ਨੂੰ ਇਹ ਸਮਝ ਲਓ ਵੀ ਇਸ ਟਾਈਮ ਉਹ ਟੁੱਟਣ ਦੇ ਕਗਾਰ ਤੇ ਖੜੀ ਹੈ ਜਦੋਂ ਉਹਨਾਂ ਦੇ ਪਰਿਵਾਰ ਉਹਨਾਂ ਦੇ ਉਹਨਾਂ ਦੀਆਂ ਫੈਮਲੀਆਂ ਦੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੋ ਰਹੀਆਂ ਉਹਨਾਂ ਨੂੰ ਕੋਈ ਸਾਹਮਣੇ ਫਿਊਚਰ ਨਹੀਂ ਦਿਖਾਈ ਦੇ ਰਿਹਾ ਸਾਡਾ ਅਸੀਂ ਕੰਮ ਕਰ ਰਹੇ ਹਾਂ ਲੇਕਿਨ ਸਾਨੂੰ ਕੋਈ ਅਸੀਂ ਕੀ ਦਸੀ ਆਪਣੇ ਬੱਚਾ ਨੂੰ ਵੀ ਅਸੀਂ ਜੇ ਪੁੱਛਦਾ ਕੋਈ ਪ੍ਰਮੋਸ਼ਨ ਹੋਈ ਹੈ ਕੀ ਪ੍ਰਮੋਟ ਹੋਣਾ ਹੈ ਅਸੀਂ ਅਸੀਂ ਹੋਈ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਪ੍ਰਮੋਟ ਹੋਣਾ ਵੀ ਹੈ ਨਹੀਂ ਮੇਬੀ ਸਾਨੂੰ ਹੋ ਸਕਦਾ ਸਾਨੂੰ ਇਹ ਵੀ ਭਰੋਸਾ ਨਹੀਂ ਹੁੰਦਾ 30 ਤਰੀਕ ਨੂੰ ਵੀ ਸਾਨੂੰ ਹੁਣ ਅਗਲੇ ਮਹੀਨੇ ਨੂੰ ਸੈਲਰੀ ਮਿਲਣੀ ਹੈ ਜਾਂ ਨਹੀਂ ਮਿਲਣੀ ਸਾਨੂੰ ਹਰ ਚੀਜ਼ ਚਲੋ ਮੈਂ ਤਾਂ ਐਜ਼ ਅ ਲੇਡੀ ਮੈਂ ਆਪਣੇ ਹਸਬੰਡ ਤੋਂ ਬੋਹਰੋ ਕਰ ਸਕਦੀ ਆ ਮਣੀ ਪਰ ਬਹੁਤ ਸਾਰੇ ਮੁੰਡੇ ਨੇ ਜਿਨ੍ਹਾਂ ਨੇ ਆਪਣੀਆਂ ਜਿਨ੍ਹਾਂ ਦੀ ਵਾਈਫ ਨਹੀਂ ਕੰਮ ਕਰਦੀਆਂ ਉਹ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੇ ਪੂਰੇ ਦੇ ਪੂਰੇ ਬੋਝ ਨੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਦੀ ਵਾਈਫ ਹੈ ਉਹਨਾਂ ਦੇ ਬੱਚੇ ਨੇ ਮੇਰੇ ਵੀ ਨੇ ਪਰ ਹਰ ਕਿਸੇ ਦੀ ਆਪਣੀਆਂ ਆਪਣੀਆਂ ਜ਼ਰੂਰਤਾਂ ਨੇ ਆਪਣੇ ਆਪਣੇ ਪ੍ਰੋਬਲਮਸ ਨੇ ਪਰ ਜਦੋਂ ਸਾਡੀਆਂ ਪੂਰੀਆਂ ਨਹੀਂ ਹੁੰਦੀਆਂ ਕਿਸੇ ਵੀ ਪੱਖ ਨਾਲ ਪੂਰੀਆਂ ਨਹੀਂ ਹੋ ਰਹੀਆਂ ਤਾਂ ਫਿਰ ਕਿਤੇ ਨਾ ਕਿਤੇ ਮਨ ਵੀ ਟੁੱਟਦਾ ਸਾਡੇ ਕੰਮ ਕਰਨ ਦਾ ਜਿਹੜਾ ਜਜ਼ਵਾ ਹੈ ਉਹ ਵੀ ਕਮਜ਼ੋਰ ਹੁੰਦਾ ਹੈ ਤੇ ਸਰਕਾਰ ਨੂੰ ਮੇਰੇ ਵੱਡੇ ਵੀਰ ਔਰ ਭੈਣ ਨੇ ਸਾਰਾ ਕੁਝ ਤੁਹਾਨੂੰ ਦੱਸ ਹੀ ਦਿੱਤਾ ਵੀ ਕੀ ਚੱਲ ਰਿਹਾ ਹੈ ਜੇ ਅਸੀਂ ਗੱਲ ਕਰੀਏ ਇੱਕ ਪਾਸੇ ਸਰਕਾਰ ਕਹਿੰਦੀ ਹੈ ਦਾਅਵੇ ਕਰ ਰਹੀ ਹੈ ਵੀ ਅਸੀਂ ਨੌਕਰੀਆਂ ਦੇ ਰਹੇ ਹਾਂ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਦੂਜੇ ਪਾਸੇ ਜੇ ਗੱਲ ਕਰੀਏ ਜਿਨ੍ਹਾਂ ਤੋਂ ਰੋਜ਼ਗਾਰ ਹੈਗਾ ਉਹਨਾਂ ਦੇ ਨਾਲ ਅਜਿਹਾ ਵਤੀਰਾ ਕੀਤਾ ਜਾ ਰਿਹਾ ਕਿਦਾਂ ਦੇਖਦੇ ਸਰਕਾਰ ਦੇ ਸਰਵੇਖੀ ਸਰਕਾਰ ਦਾ ਰੁਪਿਆ ਕੋਈ ਬਹੁਤ ਵਧੀਆ ਨਹੀਂ ਆਪਾਂ ਕਹਿ ਸਕਦੇ ਇਸ ਗੱਲ ਨਾਲ ਕਿਉਂਕਿ ਜਿਹੜੇ ਬੰਦੇ ਸਰਕਾਰ ਦਾ ਹਿੱਸਾ ਨੇ ਜਿਹੜਾ ਕੰਮ ਕਰਦੇ ਨੇ ਸਰਕਾਰ ਕਦੇ ਕਾਂਗਰਸ ਹੈ ਕਦੇ ਅਕਾਲੀ ਹੈ ਇਹ ਬਦਲਦੀਆਂ ਰਹਦੀਆਂ ਨੇ ਲੇਕਿਨ ਅਸੀਂ ਤਾਂ ਉਸੇ ਸਟਿਲ ਉਸੇ ਪ੍ਰੋਸੈਸ ਦੇ ਨਾਲ ਕੰਮ ਕਰਨਾ ਹੈ ਕਿਉਂਕਿ ਅਸੀਂ ਨੇ ਤਾਂ ਕੰਮ ਕੰਟੀਨਿਊ ਕਰਨਾ ਸਾਨੂੰ ਸਰਕਾਰਾਂ ਦੇ ਆਉਣੇ ਆ ਸਰਕਾਰਾਂ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਮੁਲਾਜ਼ਮ ਆਪਣੀ ਜੋਬ ਨੂੰ ਜਸਟੀਫਾਈ ਨਹੀਂ ਕਰ ਪਾਊਗਾ ਜਾਂ ਉਹ ਵਧੀਆ ਤਰੀਕੇ ਨਾਲ ਖੁਸ਼ ਹੈ ਦਿਮਾਗੀ ਤੌਰ ਤੇ ਉਹ ਪ੍ਰੈਸ਼ਰ ਚ ਹੈ ਤਾਂ ਉਹ ਕੰਮ ਦੀ ਆਊਟਪੁੱਟ ਵੀ ਉਹ ਜੀ ਨਿਕਲਣੀ ਹੈ ਵਿਦੇਸ਼ਾਂ ਦੀ ਗੱਲ ਕਰੀਏ ਵਿਦੇਸ਼ਾਂ ਚ ਬਹੁਤ ਸਾਰੀਆਂ ਕੰਪਨੀਆਂ ਅਜਿਹੀਆਂ ਨੇ ਜਿਹੜੀਆਂ ਅੱਜ ਕੱਲ ਆਪਣੇ ਮੁਲਾਜ਼ਮਾਂ ਨੂੰ ਨੈਪ ਟਾਈਮ ਯਾਨੀ ਕਿ ਥੋੜਾ ਜਿਹਾ ਸੁਰੱਖਿਆ ਉਹਨਾਂ ਨੂੰ ਅਲੱਗ ਦੇ ਦਿੰਦੇ ਸਮਾਂ ਕਿ ਤੁਸੀਂ ਆਪਣੀ ਰੈਸਟ ਕਰੋ ਤਾਂ ਜੋ ਆਊਟਪੁੱਟ ਵਧੀਆ ਹੋਵੇ ਪਰ ਇੱਥੇ ਜਿਹੜੀ ਆਊਟਪੁੱਟ ਆ ਉਹ ਪ੍ਰੈਸ਼ਰ ਇੱਕ ਤਾਂ ਘਰ ਦਾ ਪ੍ਰੈਸ਼ਰ ਉੱਪਰੋਂ ਕੰਮਕਾਜ ਦਾ ਪ੍ਰੈਸ਼ਰ ਤੇ ਉੱਪਰੋਂ ਤਨਖਾਹਾਂ ਨਾ ਮਿਲਣ ਦਾ ਪ੍ਰੈਸ਼ਰ ਕਿਤੇ ਨਾ ਕਿਤੇ ਉਹਨਾਂ ਦੇ ਬਹੁਤ ਹਾਵੀ ਹੋ ਰਿਹਾ ਸਰਕਾਰ ਤੋਂ ਸਿੱਧੇ ਤੌਰ ਤੇ ਮੰਗ ਕੀ ਹੈ ਤੁਹਾਡੀ ਸਿੱਧੇ ਤੌਰ ਤੇ ਸਾਨੂੰ ਮੰਗ ਹੈ ਵੀ ਸਾਡੇ ਜਿੰਨਾ ਵੀ ਭਾਈਚਾਰਕ ਤੌਰ ਤੇ ਸਾਡੇ ਜਿੰਨੇ ਵੀ employees ਨੇ ਜੋ ਵੀ ਪੰਚਾਇਤ ਸਮਤੀ ਦੇ ਨਾਲ ਰਿਲੇਟਡ ਨੇ ਜਿਨ੍ਹਾਂ ਦੀਆਂ ਸੈਲਰੀਆਂ ਨਹੀਂ ਮਿਲਦੀਆਂ ਸਭ ਤੋਂ ਪਹਿਲਾਂ ਤਾਂ ਉਹਨਾਂ ਦੀਆਂ ਸੈਲਰੀਆਂ ਉਹਨਾਂ ਨੂੰ ਟਾਈਮਲੀ ਮਿਲਣੀਆਂ ਚਾਹੀਦੀਆਂ ਦੂਸਰੀ ਜੋ ਪ੍ਰੋਮੋਸ਼ਨ ਦਾ ਚੈਨਲ ਹੈ ਉਹ ਕੋਈ ਭੀਖ ਨਹੀਂ ਹੈ ਉਹ ਰਾਈਟ ਹੈ ਸਾਡਾ ਉਹ ਸਾਨੂੰ ਮਿਲਣਾ ਹੀ ਚਾਹੀਦਾ ਕਿਉਂਕਿ ਹਰ ਇੱਕ ਬੰਦਾ ਚਾਹੇ ਉਹ ਜਦੋਂ ਕਿਸੇ ਡਿਪਾਰਟਮੈਂਟ ਦੇ ਵਿੱਚ ਉਹਦੀ ਭਰਤੀ ਹੁੰਦੀ ਹੈ ਤਾਂ ਉਹ ਇਹ ਸੋਚ ਕੇ ਨਿਕਲਦਾ ਵੀ ਮੈਂ ਸਟੈਪ ਬਾਈ ਸਟੈਪ ਕਿੱਥੇ ਤੱਕ ਜਾਣਾ ਹੈ ਕਿਉਂਕਿ ਕੋਈ ਵੀ ਜੌਬ ਤੁਹਾਨੂੰ ਅੱਜ ਦੇ ਦੌਰ 'ਚ ਪਤਾ ਹੀ ਹੈ ਵੀ ਕੋਈ ਸੌਖੇ ਤਰੀਕੇ ਨਾਲ ਤਾਂ ਮਿਲਦੀ ਨਹੀਂ ਔਖੀਆਂ ਮਿਲਦੀਆਂ ਨੇ ਸਭ ਨੂੰ ਹੀ ਔਖੀਆਂ ਮਿਲੀਆਂ ਨੇ ਸਭ ਦਾ ਇੱਕ ਜਦੋਂ ਉਹਨੂੰ ਦਿਖਦਾ ਹੁੰਦਾ ਵੀ ਮੇਰਾ ਫਿਊਚਰ ਉੱਥੇ ਬ੍ਰਾਈਟ ਆ ਤਾਂ ਉਹਦੇ ਕੰਮ ਕਰਨ ਦਾ ਜਜਵਾ ਕੰਮ ਕਰਨ ਦੀ ਰਫ਼ਤਾਰ ਇੱਕ ਆਪਣੇ ਆਪ ਚ ਇੱਕ ਜੋਸ਼ੀਲਾਪਨ ਆ ਜਾਂਦਾ ਹੈ ਹਰ ਚੀਜ਼ਾਂ ਜਦੋਂ ਉਹ ਸਾਰੀਆਂ ਚੀਜ਼ਾਂ ਇੱਕ ਇੱਕ ਚੀਜ਼ ਕਾਊਂਟ ਕਰਦੀ ਹੈ ਤੁਹਾਡੇ ਕੈਰੀਅਰ ਦੇ ਵਿੱਚ ਤੁਹਾਡੀ ਰੋਜ਼ ਦੀ ਲਾਈਫ ਦੇ ਵਿੱਚ ਕੀ ਨਾਮ ਸਰ ਤੁਹਾਡਾ ਗੁਰਮੀਤ ਸਿੰਘ ਜੀ ਗੁਰਮੀਤ ਜੀ ਕਿੱਦਾਂ ਦੇਖਦੇ ਹੋ ਸਰਕਾਰ ਦੇ ਰਵੱਈਏ ਨੂੰ 15-15 ਮਹੀਨੇ ਹੋ ਗਏ ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਆਈਆਂ ਤੇ ਦੂਜੇ ਪਾਸੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਰੋਜ਼ਗਾਰ ਪੈਦਾ ਕਰ ਰਹੇ ਹਾਂ ਜਿਨ੍ਹਾਂ ਨੂੰ ਰੋਜ਼ਗਾਰ ਆ ਉਹਨਾਂ ਨੂੰ ਹੀ ਤਨਖਾਹ ਨਹੀਂ ਮਿਲਦੀ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਦੱਸੇ ਸਾਨੂੰ ਵੀ ਜਿਹੜੀ ਸਾਡੇ ਤਿੰਨ ਮੰਗਾਂ ਸੀਗੇ ਮੇਨਿਕ ਦੀ ਤਨਖਾਹ ਦੀ ਤੇ ਪ੍ਰਮੋਸ਼ਨ ਦੀ ਤੇ ਸਾਡੀ ਪੈਨਸ਼ਨ ਦੀ ਹੈ ਜੀ ਇਹ ਤਾਂ ਮਿਲਕੀ ਇਹ ਤਾਂ ਕੰਧ ਜੂ ਨਹੀਂ ਸਰਕਦੀ ਹੈਗੀ ਜਿੰਨਾ ਮਰਜ਼ੀ ਧਰਨੇ ਦੇ ਲੋ ਜੋ ਮਰਜ਼ੀ ਕਰ ਲਓ ਹੁਣ ਅਸੀਂ ਕੱਲ ਪਰਸੋਂ ਤੋਂ ਫੇਰ ਦੁਬਾਰਾ ਧਰਨੇ ਬੈਠਣਾ ਜਿਵੇਂ ਸਾਡੇ ਪ੍ਰਧਾਨ ਜੀ ਸਾਨੂੰ ਕਰਨਗੇ ਅੱਗੇ ਸੀ ਇਹ ਨਾਲ ਜੋ ਵੀ ਸਾਡੀਆਂ ਮੰਗਾਂ ਸੀ ਪੂਰ ਜ਼ੋਰ ਤਰੀਕਿਆਂ ਨਾਲ ਇਹ ਤੋਂ ਮੰਗਾਗੇ ਆਪਾਂ ਸਰਕਾਰ ਦੇ ਰਵੱਈਏ ਨੂੰ ਕਿੱਦਾਂ ਦੇਖਦੇ ਕਿਉਂਕਿ 1 ਮਹੀਨੇ ਦੀ ਤਨਖਾਹ ਆਵੇ ਜਾਂ 2-3 ਮਹੀਨੇ ਦੀ ਤਨਖਾਹ ਆਵੇ ਤਾਂ ਘਰ ਚਲਾਉਣੇ ਬੜੇ ਔਖੇ ਹੋ ਜਾਂਦੇ ਨੇ ਤੇ ਇੱਥੇ 15-15 ਮਹੀਨੇ ਹੋ ਗਏ ਨੇ ਦੇਖੋ ਜੀ ਸਰ ਜਿਵੇਂ ਅਸੀਂ ਵੀ ਹੁਣ ਸਾਡੇ ਬੱਚੇ ਆ ਸਾਡੇ ਮਕਾਨ ਆ ਅਸੀਂ ਖੁਦ ਮਕਾਨ ਆਪਣੇ ਤੇ ਕਿਸ਼ਤਾਂ ਦੇ ਲੱਤੇ ਹੋਏ ਮਕਾਨ ਲੱਤੇ ਹੋਏ ਹਾਂ ਜੇ ਤਨਖਾਹ ਨਹੀਂ ਮਿਲੂਗੀ ਤਾਂ ਕਿਸ਼ਤਾਂ ਕਿੱਥੋਂ ਭਰਾਂਗੇ ਉਲਟਾ ਅਸੀਂ ਡਿਫਾਲਟਰਾਂ ਦੇ ਡਿਫਾਲਟਰਾਂ ਦੇ ਵਿੱਚ ਫਸ ਜੰਨੇ ਆਗੇ ਠੀਕ ਹੈ ਸਰਕਾਰ ਦਾ ਰਵੱਈਆ ਤਾਂ ਕੋਈ ਬਹੁਤ ਵਧੀਆ ਨਹੀਂ ਹੈ ਪੰਚਾਇਤੀ ਚੋਣਾਂ ਨੇੜੇ ਆਉਣ ਵਾਲੀਆਂ ਨੇ ਤੁਹਾਡੇ ਵੱਲੋਂ ਪੰਚਾਇਤੀ ਚੋਣਾਂ ਬਾਈਕਟ ਕਰਨ ਦਾ ਐਲਾਨ ਕੀਤਾ ਗਿਆ ਤੇ ਇਸ ਵਕਤ ਕਿੰਨਾ ਕੰਮ ਹੈਗਾ ਤੁਹਾਡੇ ਉੱਪਰ ਜੇ ਅਸੀਂ ਗੱਲ ਕਰੀਏ ਵੀ ਕਿਉਂਕਿ ਸਰਕਾਰ ਕਹਿੰਦੀ ਹੈ ਵੀ ਪੰਚਾਇਤੀ ਚੋਣਾਂ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਕਿੰਨਾ ਕੰਮ ਹੈਗਾ ਇਸ ਵਕਤ ਤੁਹਾਡੇ ਕੰਮ ਤਾਂ ਜੀ ਬਹੁਤ ਜ਼ਿਆਦਾ ਕੰਮ ਹਲੇ ਮਿਲ ਗਈ ਡੇਲੀ ਕੋਈ ਰਿਪੋਰਟ ਜੀ ਮੈਂ ਮੈਡਮ ਪਹਿਲਾਂ ਦੱਸਿਆ ਸਾਨੂੰ ਵੀ ਕੋਈ ਨਾ ਕੋਈ ਡੇਲੀ ਰਿਪੋਰਟ ਹੋਣੇ ਦੇ ਕੇ ਜਾਂ ਵਾਅਦਾ ਦੇ ਕੇ ਜਾਂ ਸੈਟਰਡੇ ਸੰਡੇ ਇੱਥੇ ਲੱਗ ਰਿਹਾ ਸਾਡਾ ਠੀਕ ਹੈ ਜੀ ਬਾਕੀ ਹੋਰ ਕੀ ਬਸ ਪ੍ਰੈਸ਼ਰ ਬਹੁਤ ਜ਼ਿਆਦਾ ਹੈ ਪ੍ਰੈਸ਼ਰ ਜ ਬਹੁਤ ਸਾਰਾ ਕੰਮ ਕਰਵਾਇਆ ਜਾਂਦਾ ਪਰ ਮਿਹਨਤਾਂ ਨੇ ਫਿਰ ਵੀ ਟਾਈਮ ਸਿਰ ਨਹੀਂ ਮਿਲ ਰਹੇ ਕੀ ਕਹਿਣਾ ਚਾਹੋਗੇ ਸਰਕਾਰ ਹਾਂ ਜੇ ਗਲਤ ਕਰ ਲਈਏ ਤੇ ਦੇਖੋ ਸਾਨੂੰ ਪੂਰਾ ਮਹੀਨਾ ਪੂਰੇ ਜੋਰ ਨਾਲ ਜਦ ਸਾਡਾ ਕੰਮ ਲੱਤਾ ਜਾ ਰਿਹਾ ਠੀਕ ਹੈ ਤੇ ਤਨਖਾਹ ਦੇ ਟਾਈਮ ਦੇ ਨੇ ਕੋਈ ਜਵਾਬ ਨਹੀਂ ਹੁੰਦਾ ਹੈਗਾ ਠੀਕ ਹੈ ਫਿਰ ਅਸੀਂ ਇੱਧਰ ਉੱਧਰੋਂ ਫਿਰ ਕਰਨਾ ਹੀ ਪੈਂਦਾ ਬਾਈ ਇਹ ਇੱਕ ਗੱਲ ਜਰੂਰ ਇੱਥੇ ਪੁੱਛਣੀ ਚਾਹਾਂਗਾ ਕਿ ਸਰਕਾਰਾਂ ਭਰੋਸੇ ਦੇ ਦਿੰਦੀਆਂ ਨੇ ਭਰੋਸਿਆਂ ਤੋਂ ਬਾਅਦ ਜਦਾ ਤੁਹਾਡੀ ਪਹਿਲਾਂ ਜਿਹੜੇ ਆਪਣੇ ਮਹਿਕਮੇ ਦੇ ਮੰਤਰੀ ਸਾਹਿਬ ਨੇ ਉਹਨਾਂ ਨੇ ਭਰੋਸਾ ਦਿੱਤਾ ਵੀ ਤੁਹਾਡੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਬਾਅਦ ਚ ਭਰੋਸੇ ਤੋਂ ਬਾਅਦ ਜਦੋਂ ਮੰਗਾਂ ਨਹੀਂ ਮੰਨਦੇ ਤਾਂ ਫੇਰ ਕਿਹੋ ਜਿਹਾ ਰਵਈਆ ਹੁੰਦਾ ਸਰਕਾਰ ਦਾ ਕੀ ਕੀ ਹੁੰਦਾ ਤੁਹਾਡੇ ਦਮਾਰ ਸਰਕਾਰ ਦਾ ਰਵਈਆ ਦੇਖੋ ਕਿ ਹੁਣ ਸਾਾਨੂੰ ਖੁਦ ਨੂੰ ਨਹੀਂ ਸਮਝ ਲੱਗ ਰਿਹਾ ਵੀ ਕਹਿੰਦੇ ਗੀਆਂ ਤੇ ਕਰਦੇ ਗੀਆਂ ਇਹ ਠੀਕ ਹੈ 1 ਮਹੀਨੇ ਦਾ ਟਾਈਮ ਦਿੱਤਾ ਸੀ ਸਾਨੂੰ ਅੱਡਾ ਜਿਵੇਂ 2.5 3 ਮਹੀਨੇ ਨਿਕਲ ਗਏ ਨੇ ਹੁਣ ਅਸੀਂ ਫੇਰ ਦੁਬਾਰਾ ਅਸੀਂ ਮੁਹਿੰਮ ਤੇ ਦੁਬਾਰਾ ਚੱਲਾਂਗੇ ਜਿਹੜਾ ਹੁਣ ਤੁਹਾਡੇ ਵੱਲੋਂ ਧਰਨਾ ਦਿੱਤਾ ਜਾਣਾ ਪੱਕੇ ਤੌਰ ਤੇ ਇੱਕ ਤਾਂ ਤੁਸੀਂ ਕਹਿਤਾ ਵੀ ਅਸੀਂ ਪੰਚਾਇਤੀ ਚੋਣਾਂ ਦਾ ਬਾਈਕਾਟ ਕਰ ਦੇਣਾ ਤੇ ਦੂਜਾ ਜੇ ਹੁਣ ਮੰਗਾ ਨਹੀਂ ਮੰਨੀਆਂ ਜਾਂਦੀਆਂ ਤੇ ਕੀ ਰਵਈਆ ਰਹਿਊਗਾ ਪੂਰੇ ਤੁਹਾਡੇ ਜਿਹੜੇ ਮੁਲਾਜ਼ਮ ਵਰਗ ਨੇ ਸਰਕਾਰ ਸਰ ਪੂਰੇ ਜ਼ੋਰ ਨਾਲ ਇਹ ਦੁਬਾਰਾ ਮਰਗੀ ਹੁਣ ਇਹਨਾਂ ਨੂੰ ਮਨਾ ਕੇ ਉਠਾਂਗੇ ਇੱਥੋਂ ਨਹੀਂ ਤਾਂ ਫਿਰ ਪੂਰੇ ਜ਼ੋਰ ਨਾਲ ਆਪਾਂ ਸੀ ਕਰਾਂਗੇ ਸਾਰੇ ਪ੍ਰਧਾਨ ਜੀ ਨਾਲ ਸਾਰੇ ਜਿਹਨੇ ਵੀ ਸਾਡੇ ਮੁਲਾਜ਼ਮਾਂ ਚੋਂ ਵੀ ਹੈਗੇ ਆਂ ਪਰ ਕਿ ਸਾਰੇ ਤਿਆਰ ਨੇ ਨਾਲ ਦੇ ਨਾਲ ਨਾਲ ਕੇ ਸੀ ਕਰਾਂਗੇ ਤੇ ਤੁਹਾਡੀ ਨਿੱਜੀ ਤੌਰ ਤੇ ਤੁਹਾਡੀ ਗੱਲ ਕਰੀਏ ਕਿੰਨੀਆਂ ਦਿੱਕਤਾਂ ਨੇ ਪਰਿਵਾਰ ਚਲਾਉਣ ਦੇ ਵਿੱਚ ਜਦੋਂ ਤਨਖਾਹ ਨਹੀਂ ਪੈਂਦੀ ਟਾਈਮ ਦਿੱਕਤਾਂ ਦਾ ਸਾਰ ਹੁੰਨੀ ਹੈ ਹੁਣ ਦੇਖੋ ਬੱਚੇ بیمار ਵੀ ਹੋ ਜਾਂਦੇ ਕਈ ਵਾਰ ਠੀਕ ਹੈ ਤੇ ਹਜ਼ਾਰਾਂ ਲੱਖ ਰੁਪਏ ਲੱਗਦਾ ਅੱਜ ਕੱਲ੍ਹ ਬਿਮਾਰੀਆਂ ਸਾਨੂੰ ਪਤੀਏ ਛੋਟੀ ਪ੍ਰੋਬਲਮ ਆ ਜਾਂਦੀ ਹੈ ਤੇ ਘੱਟੋ ਘੱਟ 5-10000 ਰੁਪਏ ਦਾ ਪਤੀ ਨਹੀਂ ਲੱਗਦਾ ਵੈਸੇ ਤਨਖਾਹ ਕਿੰਨੀ ਗਈ ਉਹ ਵੀ ਸਾਨੂੰ ਜੇ ਟਾਈਮ ਫਿਰ ਨਾ ਮਿਲੀ ਤਾਂ ਕਿਵੇਂ ਕਿਵੇਂ ਅਸੀਂ ਘਰ ਦਾ ਗੁਜ਼ਾਰਾ ਕਰਾਂ ਕਿਵੇਂ ਬੱਚਿਆਂ ਨੂੰ ਪਾਲਾਂਗੇ ਨਿਕਲਦਾ ਬਹੁਤ ਜ਼ਿਆਦਾ ਦਿੱਕਤਾਂ ਨੇ ਜੀ ਸੋ ਕੁੱਲ ਮਿਲਾ ਕੇ ਦੇਖਿਆ ਜਾਵੇ ਦਿੱਕਤਾਂ ਬਹੁਤ ਸਾਰੀਆਂ ਨੇ ਪਰ ਕਿਤਨੇ ਕਿਤੇ ਸਰਕਾਰਾਂ ਦਾ ਰਵਈਆ ਜਿਹੜਾ ਆਪਣੇ ਹੀ ਮੁਲਾਜ਼ਮਾਂ ਪ੍ਰਤੀ ਸਹਿਰਦ ਨਹੀਂ ਜਾ ਪ ਰਿਹਾ ਵਾਦੇ ਤਾਂ ਕੀਤੇ ਜਾਂਦੇ ਨੇ ਵਾਦੇ ਵਫਾ ਨਹੀਂ ਹੁੰਦੇ ਬੜੀ ਹੈਰਾਨੀ ਦੀ ਗੱਲ ਆ ਭਰੋਸੇ ਦੇ ਦਿੱਤੇ ਜਾਂਦੇ ਨੇ ਇੱਕ ਮਹੀਨੇ ਬਾਅਦ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਜਾਣਗੀਆਂ ਪਰ ਢਾਈ ਢਾਈ ਮਹੀਨੇ ਲੰਘ ਜਾਂਦੇ ਨੇ ਫੇਰ ਵੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੁਣ ਪੰਚਾਇਤ ਦੇ ਜਿੰਨੇ ਵੀ ਇਹ ਮੁਲਾਜ਼ਮ ਨੇ ਪੰਚਾਇਤੀ ਮੁਲਾਜ਼ਮ ਨੇ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਦ ਦੇ ਮੁਲਾਜ਼ਮ ਨੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਸਾਡੇ ਵੱਲੋਂ ਇੱਕ ਸਿੱਧੇ ਤੌਰ ਤੇ ਚੇਤਾਵਨੀ ਹੈ ਕਿ ਅਸੀਂ ਪੰਚਾਇਤੀ ਚੋਣਾਂ ਜਿਹੜੀਆਂ ਹੋਣ ਵਾਲੀਆਂ ਨੇ ਉਹਨਾਂ ਦਾ ਸਿੱਧੇ ਤੌਰ ਤੇ ਵਿਰੋਧ ਕਰਾਂਗੇ ਤੇ ਬਾਈਕਾਟ ਕਰਾਂਗੇ ਸਿੱਧੇ ਤੌਰ ਤੇ ਕੋਈ ਕੰਮ ਨਹੀਂ ਕੀਤਾ ਇਸੇ ਚੱਕਰ ਦੇ ਵਿੱਚ ਸਰਕਾਰ ਕਿਤਨੇ ਕਿਤੇ ਲਾਹਾ ਲੈਣ ਦੇ ਚੱਕਰ ਦੇ ਵਿੱਚ ਸ਼ਨੀ ਆਤਵਾਰ ਵੀ ਉਹਨਾਂ ਤੋਂ ਕੰਮ ਕਰਵਾ ਰਹੀ ਹੈ ਪਰ ਫਿਰ ਵੀ ਹੈਰਾਨੀ ਦੀ ਗੱਲ ਹੈ ਕਿ ਇੰਨਾ ਕੰਮ ਲੈਣ ਤੋਂ ਬਾਅਦ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਤੇ ਨਹੀਂ ਪੈ ਰਹੀਆਂ ਜਿਸ ਕਰਕੇ ਹੁਣ ਮੁਲਾਜ਼ਮਾਂ ਵਿੱਚ ਰੋਸ ਹੈ ਤੇ ਉਹਨਾਂ ਨੇ ਸਿੱਧੇ ਤੌਰ ਤੇ ਐਲਾਨ ਕੀਤਾ ਕਿ ਅਸੀਂ ਜਿੰਨਾ ਚਿਰ ਸਾਡੀਆਂ ਹੱਕੀ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਹਨਾਂ ਚਿਰ ਵਿਰੋਧ ਕਰਾਂਗੇ ਪ੍ਰਦਰਸ਼ਨ ਕਰਾਂਗੇ ਤੇ ਸਾਡੀ ਸਰਕਾਰ ਦੇ ਖਿਲਾਫ ਜਿਹੜੀ ਵਿਰੋਧ ਦੀ ਨੀਤੀ ਹੈ ਉਹ ਜਾਰੀ ਰਹੇਗੀ ਦੇਖਣਾ ਹੋਵੇਗਾ ਕਿ ਸਰਕਾਰ ਦਾ ਰਵਈਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਮੁਲਾਜ਼ਮਾਂ ਦੇ ਪ੍ਰਤੀ ਬਦਲਦਾ ਹੈ ਜਾਂ ਨਹੀਂ